ਹਾਂਜੀ ਕਿਰਪਾਲ ਸਿੰਘ ਜੀ ਸਟਾਰ ਟੀਮ ਤੋਂ, ਅਸੀਂ ਕਨੌਲੀ ਵਿੱਚ ਹਰਲੀਨ ਕੌਰ ਦੇ ਘਰ ਪਹੁੰਚੇ ਹਾਂ ਔਰ ਜਿੱਥੇ ਕਿ ਉਹਨਾਂ ਦੇ ਪੂਰੇ ਪੇਰੈਂਟਸ ਹੈ ਔਰ ਪੂਰੇ ਸਕੂਲ ਵੱਲੋਂ ਉਹਨਾਂ ਨੂੰ ਵਧਾਈ ਦਿੱਤੀ ਜਾਂਦੀ ਹੈ ਔਰ ਪੂਰੇ ਇਲਾਕੇ ਵੱਲੋਂ ਇਹਨਾਂ ਨੂੰ ਪਰਿਵਾਰ ਨੂੰ ਵਧਾਈ ਦੇ ਜਿਹੜੇ ਆ ਪਾਤਰ ਹੈ। ਅਤੇ ਅਸੀਂ ਵੀ ਜੀ ਸਟਾਰ ਟੀਮ ਵੱਲੋਂ ਥੋੜ੍ਹੀ ਜਿਹੀ ਤੁਹਾਨੂੰ ਝਲਕ ਦਿਖਾਵਾਂਗੇ ਕਿਵੇਂ ਕਿਵੇਂ ਕੁੜੀ ਦਾ ਫਿਊਚਰ ਹੈ, ਕਿਵੇਂ ਕਿਵੇਂ ਕੀ ਸੋਚਦੀ ਹੈ, ਕਿਵੇਂ ਉਹਨਾਂ ਦੇ ਘਰ ਦਾ ਜਿਹੜਾ ਪਰਿਵਾਰ ਦਾ ਰਵੱਈਆ ਉਹਨਾਂ ਵੱਲੋਂ ਦਿਖਾਉਂਦੇ ਹਾਂ ਤੁਹਾਨੂੰ। ਸਤਿ ਸ਼੍ਰੀ ਅਕਾਲ ਜੀ ਮਾਤਾ ਜੀ। ਸਤਿ ਸ਼੍ਰੀ ਅਕਾਲ। ਕਿਵੇਂ ਦੇਖਦੇ ਹੋ ਅੱਜ ਬੱਚਾ ਤੁਹਾਡਾ? ਪਹਿਲਾਂ ਵੀ ਇੱਕ ਬੱਚਾ ਪਿਛਲੀ ਵਾਰ ਵੀ ਮੈਰਿਟ 'ਚ ਆਇਆ ਸੀ, ਅੱਜ ਫਿਰ ਇੱਕ ਬੜੀ ਖੁਸ਼ੀ ਦੀ ਲਹਿਰ ਦੌੜਦੀ ਦਿਖਾਈ ਦੇ ਰਹੀ ਹੈ। ਸਕੂਲ ਵੱਲੋਂ ਵੀ ਵਧਾਈਆਂ ਦਿੱਤੀ ਜਾ ਰਹੀਆਂ ਔਰ ਤੁਹਾਨੂੰ ਰਿਸ਼ਤੇਦਾਰਾਂ ਔਰ ਪਿੰਡ ਵੱਲੋਂ ਵੀ ਵਧਾਈਆਂ ਦਿੱਤੀਆਂ ਨੇ। ਕੁੜੀ ਦਾ ਜਿਹੜਾ ਨੇਚਰ ਹੈ, ਕਿਵੇਂ ਉਹ ਸ਼ੁਰੂ ਦੇ ਵਿੱਚ ਸ਼ਰਾਰਤੀ ਰਹੀ ਜਾਂ ਕਿਵੇਂ ਦਾ ਰਿਹਾ ਜੀ? ਠੀਕ ਹੈ ਜੀ, ਠੀਕ ਰਿਹਾ। ਸ਼ਰਾਰਤੀ ਵੀ ਥੋੜ੍ਹੀ ਜਿਹੀ ਹੈਗੀ ਹੈ ਪਰ ਪੜ੍ਹਾਈ ਵਿੱਚ ਬਹੁਤ ਜ਼ਿਆਦਾ ਵਧੀਆ। ਹਾਂਜੀ, ਹੋਰ? ਅਤੇ ਅਕਸਰ ਉਹਦੇ 'ਚ ਮਨ ਦੇ ਵਿੱਚ ਕੀ ਹੁੰਦਾ, ਜ਼ਿਆਦਾ ਬੱਚਾ ਸ਼ਰਾਰਤਾਂ ਵੱਲਾ ਹੁੰਦਾ ਜਾਂ ਪੜ੍ਹਾਈ ਵੱਲ ਹੁੰਦਾ, ਜ਼ਿਆਦਾ ਕਿੱਦਾਂ ਰੁਝਾ ਰਿਹਾ? ਜ਼ਿਆਦਾ ਜਦੋਂ ਇਹ ਬਹਿੰਦੀ ਨਾ ਪੜ੍ਹਨ ਫਿਰ ਬਹੁਤ ਵਧੀਆ ਪੜ੍ਹਦੀ ਹੈ। ਹਾਂਜੀ, ਬਾਕੀ ਸ਼ਰਾਰਤਾਂ ਤਾਂ ਬੱਚੇ ਕਰਦੇ ਹੈ। ਹਾਂਜੀ, ਕਰਦੇ ਹੈ, ਜ਼ਰੂਰੀ ਹੈ ਤਾਂ ਹੀ ਮਨ। ਹਾਂਜੀ ਹਾਂਜੀ ਹਾਂ। ਹਾਂਜੀ, ਮੈਨੂੰ ਬਹੁਤ ਜ਼ਿਆਦਾ ਹੋ ਰਿਹਾ। ਮੈਂ ਕਹਿੰਦੀ ਸ਼ੁਕਰ ਹੈ ਵਾਹਿਗੁਰੂ ਦਾ ਵੀ ਆਪਣਾ ਬੱਚੇ ਠੀਕ ਆ ਰਹੇ ਹੈ। ਹਾਂਜੀ, ਜਿਵੇਂ ਅਸੀਂ ਹਰਲੀਨ ਦੇ ਜਿਹੜੇ ਦਾਦੀ ਜੀ ਨਾਲ ਗੱਲ ਕਰਾਈ ਹੈ ਉੱਥੇ ਹੀ ਮਾਤਾ ਪਿਤਾ ਸਾਡੇ ਵਿੱਚ ਮੌਜੂਦ ਆ, ਆਪਾਂ ਉਹਨਾਂ ਨਾਲ ਗੱਲ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਬੀਜੀ ਆਪਣਾ? ਮੇਰਾ ਮਨਜੀਤ ਸਿੰਘ ਹੈ ਜੀ। ਅਤੇ ਕਿਵੇਂ ਦੇਖ ਰਹੇ ਹੋ ਅੱਜ ਬੜੀ ਹੀ ਖੁਸ਼ੀ ਦੀ ਜਿਹੜੀ ਹੈ ਲਹਿਰ, ਆਪਾਂ ਨੂੰ ਮਾਣ ਮਹਿਸੂਸ ਹੁੰਦਾ ਵੀ ਅਸੀਂ ਆਪਣੇ ਬੱਚੇ 'ਤੇ ਖਰਚਾ ਕਰਦੇ ਹਾਂ, ਸਵੇਰੇ ਮਾਂ ਬਾਪ ਉਹਨਾਂ ਨੂੰ ਠਾਲਦੇ ਆ, ਉਹ ਤੋਂ ਬਾਅਦ ਪਿਆਰ ਨਾਲ ਤਿਆਰ ਵੀ ਕਰਕੇ ਭੇਜਦੇ ਆ, ਕਈ ਵਾਰ ਗੁੱਸਾ ਵੀ ਆਉਂਦਾ ਵੀ ਨਿਆਣੇ ਉੱਠਦੇ ਨਹੀਂ ਹੈ, ਤਾਂ ਕਿਵੇਂ ਰਿਹਾ ਜਿਹੜਾ ਬੱਚੇ ਦਾ ਜਿਹੜਾ? ਨਹੀਂ, ਠੀਕ ਹੈ ਬੱਚਾ, ਵਧੀਆ ਜੀ, ਕਹਿਣਾ ਮੰਨਦਾ ਹੈ ਤਾਂ ਜੀ। ਅੱਛਾ, ਹਾਂਜੀ ਹਾਂਜੀ, ਠੀਕ ਹੈ। ਬਹੁਤ ਖੁਸ਼ੀ ਹੋਈ ਸਾਨੂੰ। ਤੇ ਨਾਲ ਸਾਡੇ ਉਹਨਾਂ ਦੇ ਮਾਤਾ ਜੀ ਵੀ ਹੈ। ਸਤਿ ਸ਼੍ਰੀ ਅਕਾਲ ਜੀ। ਕਿਵੇਂ ਦੇਖ ਰਹੇ ਹੋ, ਬਾਪ ਤਾਂ ਕਮਾਣ ਬਾਹਰ ਚੱਲ ਜਾਂਦਾ ਹੈ, ਮਾਤਾ ਦੇ ਨਾਲ ਜਿਹੜਾ ਕੁੜੀ ਦਾ ਰਿਸ਼ਤਾ ਜ਼ਿਆਦਾ ਸਾਂਝ ਦਾ ਜ਼ਿਆਦਾ ਹੁੰਦਾ, ਅਤੇ ਜਿਹੜਾ ਅਕਸਰ ਕੁੜੀਆਂ ਅਤੇ ਮਾਂ ਦਾ ਜਿਹੜਾ ਪਿਆਰ ਦੀ ਗੱਲ ਵੀ ਕਰੀਏ ਤਾਂ ਕਈ ਵਾਰ ਗੁੱਸਾ ਵੀ ਹੋ ਜਾਂਦਾ ਬੱਚਾ, ਜਿਵੇਂ ਆਪਾਂ ਕਹਿੰਦੇ ਵੀ ਝਾੜੂ ਲਗਾ ਲਾ ਜਾਂ ਰੋਟੀ ਬਣਾ ਲਾ ਜਾਂ ਕੁਛ ਕਰਦੇ ਆ, ਤੁਹਾਡੇ ਨਾਲ ਕਿਵੇਂ ਦਾ ਜਿਹੜਾ ਹਰਲੀਨ ਕੌਰ ਦਾ ਜਿਹੜਾ ਪਿਆਰ ਰਿਹਾ? ਬਹੁਤ ਵਧੀਆ, ਕਦੇ ਵੀ ਕਹਿਣਾ ਮੋੜਦੀ ਨਹੀਂ ਹੈਗੀ, ਜੋ ਕਹਿੰਦੇ ਆ ਕਰ ਲੈਂਦੀ ਹੈ ਜੀ। ਅਤੇ ਕਿਵੇਂ ਲੱਗਦਾ ਅੱਜ ਸਕੂਲ ਵੱਲੋਂ ਵੀ ਤੁਹਾਨੂੰ ਫੋਨ ਆਏ ਹੋਣੇ ਆ ਜਾਂ ਰਿਸ਼ਤੇਦਾਰ ਵੱਲੋਂ ਆਉਂਦੇ ਆ? ਨਾਨਕੇ ਪਰਿਵਾਰ ਨੂੰ ਥੋੜ੍ਹਾ ਜਿਹਾ ਜ਼ਿਆਦਾ ਪਿਆਰ ਰਹਿੰਦਾ ਵੀ ਸਾਡੀ ਜਿਹੜੀ ਲਾਡਲੀ ਕੁੜੀ ਹੈ ਫਸਟ ਆਈ ਹੈ, ਤਾਂ ਉਹਨਾਂ ਵੱਲੋਂ ਕਿਵੇਂ ਰਿਹਾ? ਬਹੁਤ ਵਧੀਆ ਆ ਰਿਹਾ, ਸਾਰੇ ਖੁਸ਼ ਹੈ, ਸਾਰਿਆਂ ਦਾ ਫੋਨ ਆ ਰਿਹਾ, ਸਾਰੇ ਕਹਿ ਰਹੇ ਆ ਸਾਡੇ ਪੁੱਤਰ ਨੇ ਸਾਡਾ ਨਾਮ ਰੋਸ਼ਨ ਕੀਤਾ। ਬੀਜੀ, ਅਤੇ ਜਿਵੇਂ ਕਿ ਤੁਸੀਂ ਅੱਜ ਤੁਹਾਡਾ ਬੱਚਾ ਪਹਿਲਾਂ ਵੀ ਇੱਕ ਲਿਸਟ ਦੇ ਵਿੱਚ ਆਇਆ ਸੀ ਅਤੇ ਹੁਣ ਦੁਬਾਰਾ ਫਿਰ ਲਿਸਟ ਦੇ ਵਿੱਚ ਆਉਂਦਾ ਹੈ, ਤਾਂ ਤੁਹਾਨੂੰ ਕਿਹਾ ਕੋਈ ਸਰਕਾਰ ਵੱਲੋਂ ਜਾਂ ਕੋਈ ਕਿਸੇ ਸੰਸਥਾ ਵੱਲੋਂ ਤੁਹਾਨੂੰ ਕੁਛ ਉਹਨਾਂ ਵਧਾਈ ਦੇ ਪਾਤਰ ਵੱਲੋਂ ਕੁਛ ਦਿੱਤਾ ਤੁਹਾਨੂੰ? ਦਿੱਤਾ ਗਿਆ ਨਹੀਂ, ਜਦੋਂ ਸਾਡਾ ਭਤੀਜਾ ਆਇਆ ਸੀ ਤਾਂ ਉਹਨੂੰ ਤਾਂ ਰਾਜਪਾਲ ਵੱਲੋਂ ਚੰਡੀਗੜ੍ਹ ਤੋਂ ਵੀ ਮਿਲੇ ਸੀ ਉਹਨੂੰ। ਹਾਂਜੀ, ਅਤੇ ਉਹਨੂੰ ਬੋਰਡ ਵੱਲੋਂ ਵੀ ਥੋੜ੍ਹੀ ਜਿਹੀ ਸਕੋਲਰਸ਼ਿਪ ਮਿਲੀ ਸੀ। ਹਾਂਜੀ, ਮਿਲੇ ਸੀ। ਕੋਈ ਸਮਾਜ ਸੇਵੀ ਵੱਲੋਂ ਤੁਹਾਨੂੰ ਕੋਈ ਦਿੱਤਾ ਗਿਆ ਹੋਵੇ ਜਾਂ ਕਿਸੇ ਸਰਕਾਰ ਵੱਲੋਂ ਕੁਝ ਦਿੱਤਾ ਗਿਆ ਹੋਵੇ ਜਾਂ MLA ਵੱਲੋਂ ਕਿਸੇ ਵੀ ਸੰਸਥਾ ਵੱਲੋਂ ਤੁਹਾਨੂੰ ਕੁਝ ਦਿੱਤਾ ਗਿਆ? ਸਾਨੂੰ, ਹਾਂਜੀ, ਵੈਸੇ ਨਹੀਂ, ਸਕੂਲ ਵਿੱਚ ਜਿਹੜੇ ਬੱਚੇ ਆਏ ਸੀ ਫਸਟ ਉਹਨਾਂ ਨੂੰ ਅੰਬੂਜਾ ਫਾਊਂਡੇਸ਼ਨ ਵੱਲੋਂ ਸਾਈਕਲ ਦਿੱਤੇ ਗਏ ਸੀ ਜੀ। ਹਾਂਜੀ, ਅਤੇ ਬਾਕੀ ਦਿਨੇਸ਼ ਚੰਡਾ ਜੀ ਨੇ ਬੁਲਾਇਆ ਸੀ, ਉਹਨਾਂ ਨੇ ਸਨਮਾਨ ਕਰਿਆ ਸੀ। ਹਾਂਜੀ, ਮੈਂਟੋ ਦੇ ਕੇ।
ਤੇ ਮੈਂ ਸਿਰਫ ਤਾਂ ਕੁਐਸਚਨ ਕੀਤਾ ਵੀ ਕਈ ਵਾਰ ਨਾ ਮਨ ਦੇ ਵਿੱਚ ਬੱਚਾ ਬਹੁਤ ਮਨ ਲਾ ਕੇ ਪੜ੍ਹਦਾ ਹੈ, ਉਹਨਾਂ ਨੂੰ ਕੋਈ ਨਾ ਕੋਈ ਜਿਵੇਂ ਕਿ ਦੱਸਿਆ ਜਨੇਸ਼ ਚੱਡਾ ਜੀ ਵੱਲੋਂ ਵੀ ਸਨਮਾਨਿਤ ਕੀਤਾ ਗਿਆ, ਸਕੂਲ ਵੱਲੋਂ ਸਾਈਕਲ ਦੇ ਕੇ ਵੀ ਸਨਮਾਨਿਤ ਕੀਤਾ ਗਿਆ, ਬੱਚੇ ਦੀ ਉਤਸ਼ਾਹ ਜਿਹੜਾ ਜ਼ਿਆਦਾ ਵੱਧਦਾ ਹੈ। ਆਪਾਂ ਕੋਈ ਕੰਮ ਕਰਦੇ ਹਾਂ ਤਾਂ ਸਾਡੇ ਬੱਚੇ ਨੂੰ ਕੋਈ ਆਪਾਂ ਵਧੀਆ ਕੰਮ ਕਰਦੇ ਪਰ ਜੇ ਉਹਨੂੰ ਪੈੱਨ ਵੀ ਦੇ ਦਈਏ ਤਾਂ ਉਹ ਬਹੁਤ ਵਧੀਆ ਉਪਰਾਲੀ ਖੁਸ਼ੀ ਦਾ ਮਹਿਸੂਸ ਕਰਦਾ ਹੈ। ਕਿਵੇਂ ਦੇਖ ਰਹੇ ਹੋ ਅੱਗੇ ਬੱਚਾ ਤੁਹਾਡਾ ਪੜ੍ਹਾਈ ਦੇ ਵਿੱਚ ਕਿੱਥੇ ਤੱਕ ਜਾਣਾ ਚਾਹੁੰਦਾ ਜਾਂ ਤੁਸੀਂ ਕਿੰਨਾ ਕੁ ਪੜ੍ਹਾਉਣਾ ਚਾਹੁੰਦੇ ਹੋ? ਨਹੀਂ ਪੜ੍ਹਾਊਂਗਾ ਜਿੰਨੀ ਆਪਣੀ ਪੂਰੀ ਕੋਸ਼ਿਸ਼ ਕਰਾਂ, ਜਿੰਨਾ ਵੱਧ ਤੋਂ ਪੜ੍ਹਾ ਸਕੇ ਜੀ, ਜਿੰਨੀ ਉਹਦੀ ਮਿਹਨਤ ਜਿੰਨਾ ਪੜ੍ਹੂੰਗੀ ਪੜ੍ਹਾਊਂਗੀ ਪੂਰਾ ਸਾਥ ਦਊਂਗਾ ਤੁਹਾਨੂੰ। ਜਿਸ ਬੱਚੇ ਨੂੰ ਤੁਸੀਂ ਜੀ ਸਟਾਰ ਟੀਵੀ ਦੇ ਦਰਸ਼ਕ ਦੇਖ ਰਹੇ ਹੋ, ਬੜਾ ਹੀ ਮਾਣ ਮਹਿਸੂਸ ਹੁੰਦਾ ਹੈ ਜਦੋਂ ਸਾਡਾ ਕੋਈ ਬੱਚਾ ਜਾਂ ਸਾਡਾ ਕੋਈ ਬਜ਼ੁਰਗ ਜਾਂ ਕੋਈ ਵੀ ਪਰਸਨ ਹੈ ਬੜਾ ਇੱਕ ਪਹਿਲਕਦਮੀ ਕੰਮ ਕਰਦਾ ਹੈ, ਜਿਵੇਂ ਕਿ ਫਸਟ ਆਉਣਾ ਬਹੁਤ ਵੱਡੀ ਗੱਲ ਹੁੰਦੀ ਆ ਪੰਜਾਬ ਦੇ ਵਿੱਚ। ਹੁਣ ਜਿੱਥੇ ਕਿ ਬਠਿੰਡੇ ਜ਼ਿਲ੍ਹੇ ਦੇ ਵਿੱਚ ਬੱਚੇ ਪੂਰੇ ਪਰਸੈਂਟੇਜ ਲੈ ਕੇ ਨੰਬਰ ਪਹੁੰਚੇ ਆ, ਉੱਥੇ ਰੋਪੜ ਜ਼ਿਲ੍ਹੇ ਦਾ ਵੀ ਮਾਣ ਹੈ ਜਿਹੜਾ ਮਹਿਸੂਸ ਹੋਇਆ। ਕਨੌਲੀ ਹਾਈ ਸਕੂਲ ਦੀ ਜਿਹੜੀ ਵਿਦਿਆਰਥਣ ਸਾਡੇ ਵਿੱਚ ਮੌਜੂਦ ਹੈ, ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ। ਕੀ ਨਾਮ ਹੈ ਜੀ? ਹਰਲੀਨ ਕੌਰ। ਹਰਲੀਨ ਕੌਰ ਜੀ, ਕਿੰਨੇ ਨੰਬਰ ਲਿੱਤੇ ਤੁਸੀਂ? ਮੇਰੇ 590-600 ਵਿੱਚੋਂ ਆਏ। ਇਹ ਆਪਣੇ ਹੀ ਹੈ ਜਾਂ ਕਿਸੇ ਆਂਢੀ ਗੁਆਂਢੀ ਦੇ ਵੀ ਲਿੱਤੇ ਆ? ਨਹੀਂ ਜੀ, ਆਪਣੇ ਹੀ ਹੈ ਸਾਰੇ। ਹਾਂਜੀ। ਕਿਵੇਂ ਲੱਗਦਾ ਸੀ ਤੁਸੀਂ ਵੀ ਇੰਨੇ ਨੰਬਰ ਲੈ ਲਉਂਗੇ, ਆਪਣੇ ਉੱਤੇ ਮਾਣ ਸੀ? ਹਾਂਜੀ। ਕੋਈ ਨਕਲ ਵਗੈਰਾ ਵੀ ਹੋਈ ਹੈ ਸਕੂਲ ਦੇ ਵਿੱਚ? ਜੀ ਨਹੀਂ, ਉਹ ਆਪਣਾ ਹੀ ਕਰਦੇ ਸੀਗੇ ਅਸੀਂ। ਅੱਛਾ। ਕਿਵੇਂ ਲੱਗਦਾ ਹੈ ਅੱਜ ਜਿਵੇਂ ਕਿ ਘਰ ਤੋਂ ਸਵੇਰੇ ਤੁਸੀਂ ਉੱਠ ਕੇ ਜਾਂਦੇ ਆ, ਪੇਰੈਂਟਸ ਵੀ ਠਾਲਦੇ ਆ, ਮਾਤਾ ਪਿਤਾ ਠਾਲਦੇ ਆ, ਭੈਣ ਭਾਈ ਇਹ ਲੜਦੇ ਵੀ ਹੁੰਦੇ ਆ ਨਾ ਇੱਕ ਦੂਜੇ ਨਾਲ, ਠੀਕ ਹੈ, ਮਾਰ ਕਟਾਈ ਵੀ ਹੁੰਦੇ ਆ, ਅਕਸਰ ਹੁੰਦੇ ਆ ਆਪਾਂ, ਅਤੇ ਸ਼ਰਾਰਤਾਂ ਦੇ ਨਾਲ ਨਾਲ ਆਪਾਂ ਇੱਕ ਐਡੇ ਬੜੇ ਮੁਕਾਮ ਦੇ ਉੱਤੇ ਪਹੁੰਚੇ ਆ ਜ਼ਿਲ੍ਹੇ ਦਾ ਅਪਮਾਨ ਮਹਿਸੂਸ ਹੋਇਆ, ਤਾਂ ਕਿਵੇਂ ਤੁਹਾਨੂੰ ਪੈਰੋਡ ਜਿਹੜਾ ਆਪਾਂ ਨੂੰ ਅੰਦਰ ਤੋਂ ਫੀਲਿੰਗ ਕਿਵੇਂ ਦੀ ਲੱਗਦੀ ਹੈ ਵੀ ਅੱਜ ਮੈਨੂੰ ਸਾਰੇ ਵਧਾਈਆਂ ਦਿੰਦੇ ਜੀ? ਬਹੁਤ ਖੁਸ਼ੀ ਹੋ ਰਹੀ ਹੈ ਕਿ ਮੈਂ ਇੰਨਾ ਵਧੀਆ ਮੁਕਾਮ ਹਾਸਿਲ ਕੀਤਾ ਹੈ। ਅਤੇ ਸਕੂਲ ਵੱਲੋਂ ਵੀ ਆਈਆਂ ਤੁਹਾਨੂੰ ਵਧਾਈਆਂ? ਹਾਂਜੀ, ਮੇਰੇ ਟੀਚਰਸ ਆਏ ਸੀਗੇ ਘਰ। ਅੱਛਾ, ਠੀਕ ਹੈ, ਕੀ ਕਿਹਾ ਉਹਨਾਂ ਨੇ? ਜੀ, ਉਹਨਾਂ ਨੇ ਸਾਨੂੰ ਮੁਬਾਰਕਾਂ ਦਿੱਤੀਆਂ ਅਤੇ ਹੋਰ ਵਧੀਆ ਇਸ ਤੋਂ ਅੱਗੇ ਕਰਨ ਦੀ ਦਿੱਤੀ ਹੈ ਜੀ। ਅਤੇ ਅੱਗੇ ਤੁਸੀਂ ਪੜ੍ਹ ਕੇ ਬਣਨਾ ਕੀ ਚਾਹੁੰਦੇ ਹੋ? IAS ਆਫਿਸਰ ਜੀ। ਅਤੇ ਉਹਦੇ 'ਚ ਕੀ ਕੰਮ ਕਰਦੇ ਆ? IAS ਕੀ ਕੰਮ ਕਰਦਾ? ਉਹ ਜਿਵੇਂ ਸੇਵਾ ਕਰਨੀ, ਬਸ ਮੈਨੂੰ ਇਹੀ ਪਸੰਦ ਹੈ, ਮੈਂ ਲੋਕਾਂ ਦੀ ਸੇਵਾ ਕਰਾਂ, ਹੋਰ ਪੜ੍ਹਾ ਕਰਾਂ, ਸਾਰਿਆਂ ਦੀ ਹੈਲਪ ਕਰਾਂ। ਵੈਰੀ ਗੁੱਡ। ਅਤੇ ਕਿੰਨੇ ਭੈਣ ਭਰਾ ਹੋ ਤੁਸੀਂ? ਅਸੀਂ 4 ਭੈਣ ਭਰਾ। ਕਿੰਨੇ ਕੁ ਬਾਲ ਪੜਾਈ ਹੁੰਦੇ ਆ ਜੀ? ਲੜਾਈ ਐਸੀ ਇਹੋ ਜਿਹੀ ਲੜਾਈ ਨਹੀਂ ਕਰਦੇ, ਉਹ ਤਾਂ ਵੈਸੀ ਹੀ ਹੁੰਦੀ ਜਿਵੇਂ ਆਪਸ ਭੈਣ ਭਰਾਈ ਬੋਲ ਬਲੀਆ ਕਰ ਲੈਂਦੇ। ਅਤੇ ਜਿਵੇਂ ਜਿਹੜੇ ਕੁਐਸਚਨ ਹੁੰਦੇ ਆ ਇਹਦੇ ਵਿੱਚ ਕੀ ਹੁੰਦਾ, ਜਿਵੇਂ ਕਿ ਬੱਚਾ ਖੇਡਣ ਦੇ ਨਾਲ ਨਾਲ ਪੜ੍ਹਨ ਦੇ ਨਾਲ ਨਾਲ ਜਿਹੜਾ ਇੱਕ ਦੂਜੇ ਨਾਲ ਪਿਆਰ ਜ਼ਰੂਰੀ ਨਹੀਂ ਹੈਗਾ, ਆਪਾਂ ਬਾਲ ਪੜਾਈ ਦੇ ਨਾਲ ਸਾਡਾ ਜਿਹੜਾ ਗੁੱਸਾ ਜ਼ਿਆਦਾ ਹੁੰਦਾ, ਲੇਕਿਨ ਜਿਹੜਾ ਜਿਹਦੇ ਨਾਲ ਆਪਾਂ ਜ਼ਿਆਦਾ ਲੜਦੇ ਹੁੰਦੇ ਆ ਪਿਆਰ ਵੀ ਉਹਦੇ ਨਾਲ ਜ਼ਿਆਦਾ ਜਿਹੜਾ ਦਿਖਾਈ ਦਿੰਦਾ। ਅੱਜ ਬਹੁਤ ਹੀ ਮੁਬਾਰਕਬਾਦ ਦਿੰਦੇ ਅਸੀਂ ਜੀ ਸਟਾਰ ਟੀਮ ਵੱਲੋਂ ਬੱਚੇ ਨੂੰ ਔਰ ਪੂਰੇ ਪੇਰੈਂਟਸ ਨੂੰ, ਔਰ ਖਾਸ ਕਰਕੇ ਇਹਨਾਂ ਦੇ ਸਕੂਲ ਦੇ ਪ੍ਰਿੰਸੀਪਲ ਮੈਡਮ ਔਰ ਸਟਾਫ, ਔਰ ਉਹਨਾਂ ਤੋਂ ਵੀ ਉੱਪਰ ਪਰਿਵਾਰ ਦੀ ਜਿਹੜਾ ਬਹੁਤ ਵੱਡਾ ਰੋਲ ਹੁੰਦਾ ਹੈ। ਜੇ ਸਕੂਲ ਵਿੱਚ ਵੀ ਚਲੋ ਠੀਕ ਹੈ ਪੜ੍ਹਾਈ ਹੋ ਜਾਂਦੀ ਹੈ, ਜਦੋਂ ਕਿ ਬੱਚੇ ਦੀ ਕੇਅਰ ਨਾ ਹੋਵੇ ਘਰ 'ਚ ਤਾਂ ਬੱਚਾ ਨਹੀਂ ਹੁੰਦਾ। ਅਤੇ ਬੱਚੇ ਤੁਸੀਂ ਕਿੰਨੇ ਕੁ ਟਾਈਮ ਜਿਹੜਾ ਪੜ੍ਹਾਈ ਨੂੰ ਦਿੰਦੇ ਆ ਔਰ ਕਿੰਨਾ ਖੇਡਾਂ ਦੇ ਵਿੱਚ ਜਿਹੜਾ ਟਾਈਮ ਬਤੀਤ ਕਰਦੇ ਹੋ? ਜੀ, ਸਵੇਰੇ ਉੱਠ ਕੇ ਪੜ੍ਹ ਲੈਂਦੇ ਹਾਂ ਕਿ ਸਵੇਰੇ ਸਭ ਕੁਝ ਬੜੇ ਆਰਾਮ ਨਾਲ ਪੜ੍ਹ ਹੋ ਜਾਂਦਾ ਹੈ, ਅਤੇ ਉਸ ਤੋਂ ਬਾਅਦ ਸਕੂਲ ਤੋਂ ਆ ਕੇ ਪਹਿਲਾਂ ਸਕੂਲ ਦਾ ਕੰਮ, ਫਿਰ ਆਪਣੀ ਸੈਲਫ ਸਟੱਡੀ ਕਰਦੇ ਹਾਂ।
ਤੁਹਾਡੇ ਮਨ ਦੇ ਵਿੱਚ ਕਿਵੇਂ ਦਾ ਖਿਆਲ ਆਉਂਦਾ ਹੈ, ਜਿਵੇਂ ਕਿ ਜਿਹੜੇ ਬੱਚੇ ਤੁਹਾਡੇ ਬਹੁਤ ਨਲਾਇਕ ਹੋਣਗੇ ਤੁਹਾਡੀ ਕਲਾਸ ਦੇ ਵਿੱਚ, ਉਹ ਕੀ ਕੁਰੀਤੀਆਂ ਕਰਕੇ, ਕੀ ਕਾਰਨਾਂ ਕਰਕੇ ਜਿਹੜੇ ਉਹ ਪਿੱਛੇ ਰਹਿ ਜਾਂਦੇ ਆ? ਉਹ ਜ਼ਿਆਦਾਤਰ ਘੁੰਮਣ 'ਚ ਜਾਂ ਫਿਰ ਫੋਨ ਚਲਾਉਣ 'ਚ ਜਾਂ ਫਿਰ ਟੀਚਰਸ ਜਿਹੜੀ ਗੱਲ ਨਹੀਂ ਸੁਣਦੇ ਉਹਨਾਂ ਕਰਕੇ ਰਹਿ ਜਾਂਦੇ ਆ। ਅਸੀਂ ਟੀਚਰਸ ਦੀ ਗੱਲ ਸੁਣਦੇ ਹਾਂ, ਉਹਨਾਂ ਨੂੰ ਫੋਲੋ ਕਰਦੇ ਹਾਂ ਅਤੇ ਉਸ ਤੋਂ ਬਾਅਦ ਆਪਣੀ ਪੜ੍ਹਾਈ ਕੰਟੀਨਿਊ ਕਰਦੇ ਹਾਂ। ਵੈਰੀ ਗੁੱਡ। ਇਹ ਚੰਗੇ ਬੱਚਿਆਂ ਦੀ ਨਿਸ਼ਾਨੀ ਹੁੰਦੀ ਹੈ, ਜਿਵੇਂ ਕਿ ਬੱਚੇ ਨੇ ਕਿਹਾ ਵੀ ਪੜ੍ਹਨਾ ਜ਼ਰੂਰੀ ਹੈ। ਫੋਨ ਇੱਕ ਸਾਨੂੰ ਇੱਕ ਇੱਦਾਂ ਦੀ ਬਿਮਾਰੀ ਜਿਹੜੀ ਆ ਲੱਗ ਚੁੱਕੀ ਹੈ ਵੀ ਜ਼ਰੂਰੀ ਨਹੀਂ ਹੈ ਵੀ ਬਿਲਕੁਲ ਛੋਟੇ ਬੱਚੇ ਤੋਂ ਲੈ ਕੇ ਬਹੁਤ ਵੱਡਿਆਂ ਦੇ ਉਮਰਦਾਰ ਦਰਾਜ਼ ਦੇ ਜਿਹੜੇ ਬੰਦੇ ਹੈਗੇ ਆ ਉਹਨਾਂ ਨੂੰ ਵੀ ਇਹ ਚੀਜ਼ ਦੀ ਬੜੀ ਲੱਤ ਲੱਗੀ ਹੋਈ ਹੈ ਕਿ ਫੋਨ ਦੇ ਨਾਲ ਜਦੋਂ ਦੇ ਕਿ ਉਹਨਾਂ ਦੇ ਫੋਨ ਹੱਥ ਦੇ ਵਿੱਚ ਨਾ ਹੋਵੇ ਤਾਂ ਅਸੀਂ ਦੇਖਣ ਵਿੱਚ ਆਮ ਅਕਸਰ ਆਉਂਦਾ ਹੈ ਉਹਨਾਂ ਨੂੰ ਜਦ ਤੱਕ ਰੋਟੀ ਨਹੀਂ ਖਾਂਦੇ, ਜਦ ਤੱਕ ਸੌਂਦੇ ਨਹੀਂ ਉਹਨਾਂ ਦੇ ਹੱਥ ਵਿੱਚ, ਜਦ ਤੱਕ ਫੋਨ ਹੋਵੇ, ਜਦ ਤੱਕ ਪੂਰਾ ਉਹ ਰੱਜ ਨਹੀਂ ਲੈਂਦੇ ਆ ਅਤੇ ਤਕਰੀਬਨ ਬੱਚੇ ਦੀ ਬਹੁਤ ਵੱਡੀਆ ਸ਼ਾਬਾਸ਼ ਦੇਵਾਂਗੇ ਇਹਨਾਂ ਨੂੰ ਕਿਉਂਕਿ ਇਹਨਾਂ ਨੇ ਜਿਹੜਾ ਫੋਨ ਨੂੰ ਦੂਰ ਰੱਖ ਕੇ ਪੜ੍ਹਾਈ ਨੂੰ ਨੇੜੇ ਰੱਖਿਆ ਹੋਇਆ ਤਾਂ ਕਿ ਇੱਦਾਂ ਦੇ ਮੁਕਾਮ ਹੈ ਜਿਹੜੇ ਹਾਸਲ ਕੀਤੇ ਜਾਂਦੇ ਆ। ਇਸ ਟਾਈਮ ਜਿਵੇਂ ਕਿ ਅਸੀਂ ਸਟਾਰਟਿੰਗ ਦੇ ਵਿੱਚ ਉਹਨਾਂ ਦੀ ਦਾਦੀ ਜੀ ਨਾਲ ਗੱਲ ਕਰਾਈ ਹੈ, ਮਾਤਾ ਪਿਤਾ ਨਾਲ ਗੱਲ ਕਰਾਈ ਹੈ ਅਤੇ ਉਹਦੇ ਵਿੱਚ ਤਾਇਆ ਤਾਈ ਜੀ ਸਾਡੇ ਨਾਲ ਮੌਜੂਦ ਹੈ ਅਤੇ ਤਕਰੀਬਨ ਮੈਂ ਕਹਾਂਗਾ ਇਹਨਾਂ ਦੀ ਫੈਮਿਲੀ ਦੇ ਵਿੱਚ ਜਿੰਨੇ ਬੱਚੇ ਆ ਸਾਰੇ ਸਕੂਲ ਨੂੰ ਔਰ ਆਪਣੇ ਇਲਾਕੇ ਨੂੰ ਮਾਣ ਮਹਿਸੂਸ ਕਰਵਾਉਂਦੇ ਆ ਕਿਉਂਕਿ ਅਕਸਰ ਪਿੱਛੇ ਵੀ ਦੇਖਿਆ ਹੈ ਬੱਚੇ ਜਿਹੜੇ ਇਹਨਾਂ ਦੇ ਤੁਸੀਂ ਦੇਖ ਰਹੇ ਹੋ ਜੀ ਸਟਾਰ ਟੀਵੀ ਦੇ ਲਾਈਵ ਦੇ ਵਿੱਚ ਉਹ ਇਹਨਾਂ ਦੀ ਗੁੜੀਆ ਪਹਿਲਾਂ ਸੀ ਉਹ ਵੀ ਜਿਹੜੇ ਆ ਟੌਪ ਉਹਨਾਂ ਨੇ ਕੀਤੀ ਸੀ। ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਿਵੇਂ ਲੱਗਦਾ ਇਹ ਅੱਜ ਬੜੀ ਖੁਸ਼ੀ ਲਹਿਰ ਮਹਿਸੂਸ ਹੋਈ ਹੈ ਤੁਹਾਡੇ ਘਰ, ਪੱਤਰਕਾਰ ਵੀ ਆ ਰਹੇ, ਮੀਡੀਆ ਵਾਲੇ ਵੀ ਆ ਰਹੇ ਆ ਔਰ ਹੋਰ ਰਿਸ਼ਤੇਦਾਰਾਂ ਵੱਲੋਂ ਫੋਨ ਆਇਆ, ਸਟਾਫ ਵੱਲੋਂ ਵੀ ਫੋਨ ਆਉਂਦੇ ਹੋਣੇ ਆ, ਕਿਵੇਂ ਦੀ ਅੰਦਰੋਂ ਫੀਲਿੰਗ ਕਿਵੇਂ ਦੀ ਆ ਰਹੀ ਹੈ? ਦੇਖੋ ਜੀ, ਸਭ ਤੋਂ ਪਹਿਲਾਂ ਅਸੀਂ ਪਰਮਾਤਮਾ ਦਾ ਸ਼ੁਕਰਗੁਜ਼ਾਰ ਕਰਦੇ ਹਾਂ ਜਿਨ੍ਹਾਂ ਦੀ ਕਿਰਪਾ ਨਾਲ ਸਾਨੂੰ ਸਾਡੀ ਬੇਟੀ ਨੂੰ ਐਡਾ ਵੱਡਾ ਮੁਕਾਮ ਹਾਸਲ ਹੋਇਆ ਅਤੇ ਬਾਕੀ ਇਹਨਾਂ ਦੇ ਟੀਚਰ ਦਾ, ਪ੍ਰਿੰਸੀਪਲ ਸਾਹਿਬ ਸਭ ਦਾ ਯੋਗਦਾਨ ਰਿਹਾ ਹੈ ਇਹਦੀ ਪੜ੍ਹਾਈ ਵਿੱਚ, ਇਹਦੇ ਪੇਰੈਂਟਸ ਦਾ ਰਿਹਾ ਹੈ, ਖਾਸ ਕਰਕੇ ਇਹਦੇ ਪਿਤਾ ਜੀ ਜਦ ਤੱਕ ਰਾਤ ਨੂੰ ਕੰਮ ਖਤਮ ਨਹੀਂ ਹੁੰਦਾ ਸੀ ਉਹ ਚਾਹੇ 10 ਵੱਜਣ ਚਾਹੇ 11 ਵੱਜਣ ਇਹਦੇ ਨਾਲ ਬੈਠੇ ਰਹਿੰਦੇ ਸੀ ਅਤੇ ਮਾਣ ਬਹੁਤ ਜ਼ਿਆਦਾ ਮਹਿਸੂਸ ਹੋ ਰਿਹਾ ਹੈ ਕਿਉਂਕਿ ਇਹਨਾਂ ਦੇ ਟੀਚਰ ਵੀ ਆਏ, ਪੱਤਰਕਾਰ ਵੀ ਆਏ, ਸਭ ਨੇ ਸਾਨੂੰ ਬਹੁਤ ਜ਼ਿਆਦਾ ਕੀਤਾ ਹੈ ਅਤੇ ਬਹੁਤ ਖੁਸ਼ੀ ਹੈ ਜੀ। ਅਤੇ ਇੱਕ ਪਿਤਾ ਦੇ ਨਾਲ ਜਿਵੇਂ ਕਿ ਤੁਸੀਂ ਦੱਸਿਆ ਵੀ ਰਾਤ ਤੱਕ ਪੜ੍ਹਦੇ ਆ, ਉਹ ਬੈਠਦੇ ਰਹਿੰਦੇ ਆ, ਇੱਕ ਤਾਏ ਦੇ ਮਨ 'ਚ ਨਾ ਤਾਇਆ ਇੱਕ ਇੱਦਾਂ ਦੀ ਚੀਜ਼ ਹੈ ਜਿਵੇਂ ਕਿ ਵੱਡੇ ਬਜ਼ੁਰਗ ਹੁੰਦੇ ਜਿਹੜੇ ਘਰ ਦੇ ਵਿੱਚ ਹੁੰਦੇ ਆ ਉਹਨਾਂ ਦਾ ਇੱਕ ਡਰ ਮਹਿਸੂਸ ਹੁੰਦਾ ਬੱਚੇ ਨੂੰ, ਤਾਂ ਤੁਹਾਡੇ ਨਾਲ ਜਿਹੜਾ ਗੁਲਹੀਨ ਕੌਰ ਦਾ ਕਿਵੇਂ ਦਾ ਜਿਹੜਾ ਪਿਆਰ ਰਿਹਾ? ਮੈਂ ਤਾਂ ਦੇਖੋ ਜੀ ਸਭ ਨੂੰ ਝਿੜ ਕੇ ਕਹਿੰਦਾ ਪੜ੍ਹੋ, ਹਾਂਜੀ, ਅਤੇ ਇਹਨਾਂ ਨੂੰ ਕਹਿ ਕੇ ਜਾਂਦਾ ਵੀ ਆਪਣਾ ਕੰਮ ਖਤਮ ਕਰਕੇ ਤਾਂ ਹੀ ਪੈਣਾ ਹੈ। ਬਿਲਕੁਲ, ਹਾਂਜੀ, ਠੀਕ ਹੈ, ਅਤੇ ਮੰਨਦੇ ਵੀ ਕਹਿਣਾ ਮੰਨਣਾ ਚਾਹੀਦਾ ਵੱਡਿਆਂ ਦਾ, ਜੇ ਕਹਿਣਾ ਨਹੀਂ ਮੰਨਣਾ ਤਾਂ ਕਿਹਨਾਂ ਦੇ ਮੰਗੇ। ਸਾਡੇ ਵਿੱਚ ਤਾਈ ਜੀ ਮੌਜੂਦ ਆ ਉਹਨਾਂ ਦੇ, ਕਿਵੇਂ ਲੱਗਦਾ ਤੁਹਾਨੂੰ ਤੁਹਾਡੀ ਬੱਚੀ ਵੀ ਪਹਿਲਾਂ ਅੱਵਲ ਨੰਬਰ ਲੈ ਕੇ ਵੱਡਾ ਮਕਾਮ ਪਹੁੰਚਾਇਆ ਅਤੇ ਅੱਜ ਫਿਰ ਇੱਕ ਖੁਸ਼ੀ ਦੀ ਲਹਿਰ ਆਈ ਹੈ, ਕਿਵੇਂ ਲੱਗਦਾ? ਮੈਨੂੰ ਬਹੁਤ ਜ਼ਿਆਦਾ ਮਾਣ ਮਹਿਸੂਸ ਹੋ ਰਿਹਾ ਇਸ ਗੱਲ ਦਾ। ਮੈਨੂੰ ਪਹਿਲਾਂ ਆਪਣੇ ਬੱਚਿਆਂ ਉੱਤੇ ਫਖਰ ਸੀ ਵੀ ਮੇਰੀ ਬੇਟੀ ਟੌਪ ਉੱਤੇ ਆਈ ਸੀ, ਫਿਰ ਮੇਰਾ ਬੇਟਾ ਪਿਛਲੇ ਸਾਲ ਮੈਰਿਟ ਲਿਸਟ ਵਿੱਚ ਆਇਆ, ਪਹਿਲੇ ਨੰਬਰ 'ਤੇ ਆਇਆ ਰੋਪੜ ਜ਼ਿਲ੍ਹੇ 'ਚੋਂ। ਮੈਂ ਚਾਹੁੰਦੀ ਸੀ ਵੀ ਇਹ ਵੀ ਕੁਛ ਕਰਕੇ ਦਿਖਾਵੇ ਵੀ ਸਾਡੀ ਜਿਹੜੀ ਇਹ ਲੜੀ ਚੱਲਦੀ ਆ ਰਹੀ ਹੈ ਚੱਲਦੀ ਰਹੇ, ਕੋਈ ਇਹ ਨਾ ਕਹੇ ਅੱਗੇ ਨੂੰ ਵੀ ਇੱਕ ਬੱਚਾ ਕਿਉਂ ਪਿੱਛੇ ਰਿਹਾ। ਸਾਡੇ ਬੱਚੇ ਸ਼ੁਰੂ ਤੋਂ ਪੜ੍ਹਨ ਵਿੱਚ ਸਾਰੇ ਹੀ ਹੁਸ਼ਿਆਰ ਨੇ ਅਤੇ ਮੈਂ ਇਹਦਾ ਵੀ ਚਾਹੁੰਦੀ ਸੀ ਵੀ ਇਹ ਆਪਣੀ ਪੜ੍ਹਾਈ ਵਿੱਚ ਉਸ ਤਰ੍ਹਾਂ ਹੀ ਚੱਲਦੀ ਰਹੇ ਵੀ ਸਾਰਿਆਂ ਦੇ ਵਿੱਚ ਇੱਕੋ ਜਿਹੇ ਲੱਗਣ ਮੇਰੇ ਬੱਚਿਆਂ 'ਚ, ਕਿਸੇ 'ਚ ਫਰਕ ਨਾ ਹੋਵੇ। ਬਸ ਮੈਂ ਆਪਣੇ ਚਾਰਾਂ ਬੱਚਿਆਂ ਨੂੰ ਕਦੇ ਇਹ ਨਹੀਂ ਸੋਚਿਆ ਹੈਗਾ ਵੀ ਇਹ ਮੇਰੇ ਜਾਂ ਇਹ ਮੇਰੇ ਦਿਓਰ ਦੇ, ਮੈਂ ਸਭ ਨੂੰ ਇੱਕ ਬਰਾਬਰ ਸਮਝਦੀ ਹਾਂ ਅਤੇ ਮੈਂ ਕਹਿੰਦੀ ਹਾਂ ਵੀ ਇਹ ਵੀ ਉਸੇ ਤਰ੍ਹਾਂ ਪੜ੍ਹਨ। ਮੈਨੂੰ ਅੱਜ ਬਹੁਤ ਜ਼ਿਆਦਾ ਮਾਣ ਮਹਿਸੂਸ ਹੋ ਰਿਹਾ। ਦੇਖੋ ਇਹ ਵੱਡਿਆਂ ਦਾ ਜਿਹੜੇ ਵੱਡਾਪਣ ਹੁੰਦਾ ਹੈ, ਜਿਹੜੇ ਸਾਰੀ ਫੈਮਿਲੀ ਦੇ ਨਾਲ ਇੱਕ ਜੁਆਇੰਟ ਫੈਮਿਲੀ ਦੇ ਵਿੱਚ ਰਹਿਣਾ
ਔਰ ਅਕਸਰ ਮਤਲਬ ਮਨ ਮਿਟਾਵ ਹੋ ਜਾਂਦਾ, ਲੇਕਿਨ ਉਹਨਾਂ ਨੂੰ ਇਹ ਲੱਗਦਾ ਵੀ ਜਿਵੇਂ ਸਾਡੇ ਬੱਚੇ ਵਧੀਆ ਨੰਬਰ ਲੈ ਕੇ ਪਾਸ ਹੋਏ ਆ, ਔਰ ਸਾਡੇ ਜਿਹੜੇ ਭਰਾ ਦੇ ਆ ਉਹ ਵੀ ਬੱਚੇ ਵਧੀਆ ਨੰਬਰ ਲੈ ਕੇ ਹਟੇ, ਔਰ ਸਾਡੇ ਵਿੱਚ ਉਹਨਾਂ ਦੀ ਗੁੜੀਆ ਵੀ ਮੌਜੂਦ ਹੈ। ਬੇਟੇ ਕੀ ਨਾਮ ਹੈ? ਹਾਂਜੀ, ਮੇਰਾ ਨਾਮ ਜਸਲੀਨ ਕੌਰ ਹੈ ਜੀ। ਜੀ ਮੇਰੇ ਪਲੱਸ ਟੂ ਦੇ ਵਿੱਚ 95% ਆਏ ਸੀ, ਅਤੇ ਮੈਂ ਚਾਹੁੰਦੀ ਸੀ ਕਿ ਜਿਵੇਂ ਹੁਣ ਬ੍ਰਦਰ ਨੇ ਵੀ ਪਿਛਲੇ ਸਾਲ ਮੈਰਿਟ ਲਈ ਹੈ ਫਸਟ ਪੁਜੀਸ਼ਨ ਲਈ, ਅਤੇ ਇਹ ਵੀ ਲਏ ਕਿ ਹਾਂ ਵਧੀਆ ਨੰਬਰਾਂ ਵਿੱਚ ਆਵੇ, ਤਾਂ ਬਹੁਤ ਖੁਸ਼ੀ ਹੋ ਰਹੀ ਹੈ ਇਸ ਗੱਲ ਦੀ। ਜਿਵੇਂ ਤੁਸੀਂ ਨੰਬਰ ਲਿੱਤੇ ਸੀ ਅੱਗੇ ਅੱਗੇ ਤਾਂ ਚੱਲ ਰਿਹਾ, ਅਤੇ ਤੁਸੀਂ ਆਪਣੇ ਘਰ ਸਰਪੰਚੀ ਰੱਖਣੀ ਜਾਂ ਹੋਰ ਨੂੰ ਵੀ ਦੇਣੀ? ਨਹੀਂ, ਇਹ ਤਾਂ ਹੈ ਕਿ ਸਾਰੀ ਪੜ੍ਹਨ ਤਾਂ ਚੰਗੀ ਗੱਲ ਹੈ, ਚਲੋ ਇਹ ਵੀ ਪੜ੍ਹ ਰਹੇ ਹੈ, ਸਾਰੇ ਪੜ੍ਹਨੇ ਚਾਹੀਦੇ ਹੈ ਵਧੀਆ। ਅਤੇ ਤੁਸੀਂ ਦੇਖਿਆ ਵੀ ਬਹੁਤ ਵਧੀਆ, ਕਈ ਵਾਰ ਨਾ ਅਸੀਂ ਦੇਖਦੇ ਹਾਂ ਕੋਈ ਅਫਸਰ ਲੈਣ ਦੇ ਵਿੱਚ ਜਾਂ ਪਰਿਵਾਰ ਦੇ ਵਿੱਚ ਕੋਈ ਅਫਸਰ ਹੁੰਦਾ, ਉਹਨਾਂ ਦੀ ਸਾਰੇ ਪੀੜ੍ਹੀ ਦਰ ਪੀੜ੍ਹੀ ਹੈ ਜਿਹੜੀ ਆ ਉਹ ਅਫਸਰ ਲੈਣ ਦੇ ਵਿੱਚ ਹੁੰਦੀ ਆ। ਉਹਨਾਂ ਦਾ ਕੀ ਹੁੰਦਾ, ਜਿਵੇਂ ਕਿ ਇਹਨਾਂ ਦੀ ਘਰ ਦੀ ਸੋਚਣੀ ਆ ਬਹੁਤ ਹੀ ਵਧੀਆ ਸੋਚਣੀ ਹੈ ਵੀ ਹਰ ਇੱਕ ਬੱਚਾ ਸਾਡਾ ਵੈਲ ਐਜੂਕੇਟਡ ਹੋਵੇ, ਅਤੇ ਉਹਦੇ ਵਿੱਚ ਤੁਸੀਂ ਸਾਰੇ ਬੱਚੇ, ਅਸੀਂ ਹੋਰ ਬੱਚਿਆਂ ਨੂੰ ਵੀ ਅਸੀਂ ਜੀ ਸਟਾਰ ਟੀਮ ਵੱਲੋਂ ਕਹਿੰਦੇ ਹਾਂ ਵੀ ਪੂਰੀ ਮਿਹਨਤ ਕਰੋ, ਕਿਉਂਕਿ ਮੋਬਾਈਲਾਂ ਦੇ ਵਿੱਚ ਕੁਛ ਨਹੀਂ ਰੱਖਿਆ ਹੋਇਆ, ਟੀ ਵੀ ਤਾਂ ਸਾਰਾ ਦਿਨ ਚੱਲਣਾ ਹੈ ਔਰ ਮੋਬਾਈਲ ਵੀ ਸਾਰੀ ਉਮਰ ਹੀ ਚੱਲੀ ਜਾਣੇ ਆ। ਤੁਸੀਂ ਇਹਨਾਂ ਨੂੰ ਛੱਡ ਕੇ ਆਪਣਾ ਜਿਹੜਾ ਟਾਰਗੇਟ ਹੈ ਪੜ੍ਹਾਈ ਦਾ ਉਹਨੂੰ ਪੂਰਾ ਕਰੋ, ਉਸ ਤੋਂ ਬਾਅਦ ਚੰਗੇ ਮੁਕਾਮ ਦੇ ਉੱਤੇ ਪਹੁੰਚ ਕੇ ਅਫਸਰ ਬਣ ਕੇ ਫਿਰ ਤਾਂ ਫੋਨ ਜਿੰਨੇ ਮਰਜ਼ੀ ਚਲਾਈਓ ਕੋਈ ਦਿੱਕਤ ਨਹੀਂ। ਜਿਵੇਂ ਅਸੀਂ ਗੁੜੀਆਂ ਦੇ ਨਾਲ ਗੱਲ ਕਰਾਈ ਹੈ, ਸਾਡੇ ਨਾਲ ਪਿਛਲੀ ਵਾਰ ਵੀ ਇੱਕ ਬੇਟਾ ਸੀ ਜਿਨ੍ਹਾਂ ਦੀ ਮੈਰਿਟ ਲਿਸਟ ਦੇ ਵਿੱਚ ਵਧੀਆ ਨੰਬਰ ਲੈ ਕੇ ਪਾਸ ਹੋਇਆ, ਮਨਮੀਤ ਸਿੰਘ। ਮੇਰੇ ਜੀ 594 ਨੰਬਰ ਸੀ 600 ਵਿੱਚੋਂ। ਇਹ ਆਪਣੇ ਸੀ ਜਾਂ ਆਂਢੀ ਗੁਆਂਢੀ ਦੇ ਇਕੱਠੇ? ਆਪਣੇ ਹੀ ਸੀ। ਹਾਂਜੀ, ਕਈ ਵਾਰ ਇਹ ਵੀ ਹੋ ਜਾਂਦਾ ਨਾ ਵੀ ਆਪਾਂ ਮੈਡਮ ਨੂੰ ਸਾਗ ਲੈ ਜਾਈਏ ਜਾਂ ਲੱਸੀ ਲੈ ਜਾਈਏ, ਸਰ ਨੂੰ ਉਹ ਵੀ ਨੰਬਰ ਦੇ ਦਿੰਦੇ, ਕੋਈ ਇੱਦਾਂ ਦੀ ਗਿਫਟ ਤਾਂ ਨਹੀਂ ਮਿਲਦੀ? ਨਹੀਂ ਨਹੀਂ। ਹਾਂਜੀ, ਅਤੇ ਜਿਵੇਂ ਕਿ ਤੁਸੀਂ ਦੇਖਿਆ ਜੀ ਬੱਚੇ ਬਹੁਤ ਹੀ ਮਿਹਨਤੀ ਆ ਜਿਹੜੇ, ਅੱਗੇ ਬਣਨ ਦਾ ਕੀ ਸੋਚਿਆ ਹੋਇਆ, ਕੀ ਬਣਨਾ? ਸੋਫਟਵੇਅਰ ਇੰਜੀਨੀਅਰ। ਕੰਪਿਊਟਰ ਦੇ ਨਾਲ ਹੀ ਮੱਥਾ ਮਾਰਨਾ ਪੈਂਦਾ? ਹਾਂਜੀ, ਮੱਥਾ ਤਾਂ ਮਾਰਨਾ ਪੈਂਦਾ, ਬਟ ਗੋਲ ਇਹੀ ਹੈ ਕਿ ਸੋਫਟਵੇਅਰ ਇੰਜੀਨੀਅਰ ਬਣਨਾ ਚਾਹੁੰਦਾ। ਬਹੁਤ ਵਧੀਆ ਜਿਹੜੇ ਟਾਰਗੇਟ ਹੈ ਬੱਚਿਆਂ ਦੇ, ਸੋਫਟਵੇਅਰ ਇੰਜੀਨੀਅਰ ਇੱਕ ਬਹੁਤ ਵਧੀਆ ਜੋਬ ਹੈ ਜਿਹੜੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵਧੀਆ ਚੱਲ ਰਹੀ ਹੈ, ਅਤੇ ਸੈਲਰੀ ਵਗੈਰਾ ਔਰ ਸਕੋਪ ਕਾਫੀ ਵੱਡਾ ਵਧੀਆ ਹੈਗਾ ਇਹਦੇ ਵਿੱਚ। ਅੱਜ ਦੀ ਰਿਪੋਰਟ ਕੈਮਰਾਮੈਨ ਅਮਨਦੀਪ ਸਿੰਘ ਦੇ ਨਾਲ, ਜੀ ਸਟਾਰ ਟੀਮ ਦੇ ਨੇ ਕਿਰਪਾਲ ਸਿੰਘ ਲੋਗਾ।